ਜਿਵੇਂ ਤੁਸੀਂ ਦੱਸਿਆ ਵੀ ਕਿ ਉਹਨੇ ਇਹ ਫੀਡਬੈਕ ਦਿੱਤੀ ਹਾਈ ਕਮਾਂਡ ਨੂੰ ਕਿਤੇ ਹਿੰਦੂ ਬੰਦਾ ਜਿੱਤ ਸਕਦਾ ਹੈ ਅਜਿਹੀ ਸ਼ਰਾਰਤ ਚਰਨਜੀਤ ਨੇ ਕਿਉਂ ਕਰ ਦਿੱਤੀ ਜਦਕਿ ਬੜਾ ਦੁੱਖ ਲੱਗਦਾ ਜਦ ਸਾਡੇ ਵੱਡੇ ਲੀਡਰ ਕੋਈ ਇਹੋ ਜਿਹੀ ਗੱਲਾਂ ਕਰਦੇ ਮੈਂ ਤਾਂ ਕਹੂੰਗਾ ਘਟੀਆਂ ਗੱਲਾਂ ਕਰਦੇ ਹੈ ਆਪਾਂ ਵਿਨਿੰਗ ਕੈਂਡੀਡੇਟ ਦੀ ਗੱਲ ਕਰੀਏ ਵੀ ਜਿੱਤਦਾ ਕੌਣ ਹੈ ਹਿੰਦੂ ਸਿੱਖ ਦੀ ਗੱਲ ਕਿਉਂ ਕਰੀਏ ਸੋ ਲੱਗਦਾ ਨਹੀਂ ਦੁੱਖ ਨਹੀਂ ਹੁੰਦਾ ਕਿ ਫਾਦਰ ਦੀ 40-50 ਸਾਲ ਦਾ ਪਾਰਟੀ ਨੂੰ ਜਿਹੜਾ ਯੋਗਦਾਨ ਉਹਨਾਂ ਆਪਣੀ ਜ਼ਿੰਦਗੀ ਦੇ ਸਾਲ ਨੂੰ ਦਿੱਤੇ ਉਹਨੂੰ ਐਨ ਮੌਕੇ ਤੇ ਆ ਕੇ ਜਦੋਂ ਨੈਕਸਟ ਜਨਰੇਸ਼ਨ ਦੀ ਗੱਲ ਆ ਰਹੀ ਸੀ ਉਹਨੂੰ ਆ ਕੇ ਰੋਲ ਹੀ ਦਿੱਤਾ ਕਿਸਮ ਦਾ ਪਾਰਟੀ ਨੇ ਦੁੱਖ ਨਹੀਂ ਲੱਗਦਾ 3-4 ਬੀਬੀਆਂ ਮੇਰੀਆਂ ਮਾਤਾਵਾਂ ਭੈਣਾਂ ਆ ਕੇ ਕੰਗ ਸਾਹਿਬ ਕੋਲ ਰੋ ਪਈਆਂ ਕਿ ਇਹੋ ਜਿਹਾ ਅਨਿਆਏ ਕਾਂਗਰਸ ਪਾਰਟੀ ਨੇ ਕਿਉਂ ਕੀਤਾ ਕੰਗ ਸਾਹਿਬ ਤੁਹਾਡੇ ਨਾਲ ਚਰਨਜੀਤ ਚੰਨੀ ਜੀ ਉਦੋਂ MC ਸੀਗੇ ਖਰੜ ਤੋਂ ਜਦੋਂ ਪਿਛਲੀ ਵਾਰ ਕੰਗ ਸਾਹਿਬ ਮੰਤਰੀ ਸੀਗੇ ਇਹ ਬਾਹਰ ਬੈਠੇ ਵੇਟ ਕਰਦੇ ਹੁੰਦੇ ਸੀ ਵੀ ਕੰਗ ਸਾਹਿਬ ਮੇਰਾ ਆਹ ਕੰਮ ਕਰਾਓ ਆਹ ਕੰਮ ਕਰਾਓ ਮੇਰੇ 'ਤੇ ਵੀਰ ਦਵਿੰਦਰ ਨੇ ਵਿਜੀਲੈਂਸ ਦਾ ਪਰਚਾ ਕਰਤਾ ਮੈਨੂੰ ਬਚਾਓ ਮੈਂ ਖਰੜ ਦਾ MC ਹੈ ਸੋ ਇਹ ਵਕਤ ਦੀ ਗੱਲ ਹੁੰਦੀ ਹੈ ਕਿ ਤਾਂ ਕੰਗ ਸਾਹਿਬ ਕਹਿੰਦੇ ਆ ਵੀ ਮੈਂ ਤਾਂ ਹੁਣ ਚਮਕੌਰ ਸਾਹਿਬ ਵੀ ਜਾਊਂਗਾ ਉਹ ਸਾਡੀ ਪੁਰਾਣੀ ਵਿਧਾਨ ਸਭਾ ਹੈ ਮਰਿੰਡਾ ਪੰਜਾਬ ਦਾ ਵਿਧਾਨ ਸਭਾ ਹਲਕਾ ਖਰੜ ਇੱਕ ਅਜਿਹੀ ਸੀਟ ਹੈ ਜਿੱਥੇ ਅੱਜ ਤੱਕ ਹਿੰਦੂ ਵੋਟ ਜਿੱਤ ਨਹੀਂ ਪਾਈ ਪਰ ਜੇਕਰ ਆਪਾਂ ਪੰਜਾਬ ਕਾਂਗਰਸ ਦੇ ਸੀਨੀਅਰ ਵਜ਼ੀਰ ਦੀ ਗੱਲ ਮੰਨੀਏ ਜਗਮੋਹਨ ਸਿੰਘ ਕਾਂਗੂਣਾ ਦੀ ਮੰਨੀਏ ਤਾਂ ਚਰਨਜੀਤ ਮੁੱਖ ਮੰਤਰੀ ਨੇ ਇਹ ਕਹਿ ਕੇ ਟਿਕਟ ਕਟਵਾਈ ਹੈ ਉਹਨਾਂ ਦੇ ਬੇਟੇ ਯਾਦਵਿੰਦਰ ਕੰਗ ਦੀ ਕਿ ਇੱਥੇ ਜੀ ਹਿੰਦੂ ਜਿੱਤ ਸਕਦਾ ਹੈ ਚਰਨਜੀਤ ਨੇ ਅਜਿਹੀ ਸ਼ਰਾਰਤ ਕਿਉਂ ਕੀਤੀ ਹੈ ਅੱਗੇ ਯਾਦਵਿੰਦਰ ਕੰਗ ਦਾ ਕੀ ਸਟੈਪ ਰਹੇਗਾ ਕੁਛ ਸਵਾਲ ਜਵਾਬ ਯਾਦਵਿੰਦਰ ਕੰਗ ਨਾਲ ਸੋ ਕੰਗ ਸਾਹਿਬ ਪਹਿਲਾ ਸਵਾਲ ਇਹੀ ਜਿਵੇਂ ਤੁਸੀਂ ਦੱਸਿਆ ਵੀ ਕਿ ਉਹਨੇ ਇਹ ਫੀਡਬੈਕ ਦਿੱਤੀ ਹਾਈ ਕਮਾਂਡ ਨੂੰ ਕਿਤੇ ਹਿੰਦੂ ਬੰਦਾ ਜਿੱਤ ਸਕਦਾ ਹੈ ਅਜਿਹੀ ਸ਼ਰਾਰਤ ਚਰਨਜੀਤ ਨੇ ਕਿਉਂ ਕਰਤੀ ਦੇਖੋ ਜੀ ਜਦੋਂ ਕਿਸੇ ਨੂੰ ਕੱਟਣਾ ਹੁੰਦਾ ਤਾਂ ਇਹੋ ਜਿਹੀ ਕੋਈ ਨਾ ਕੋਈ ਗੱਲ ਬਣਾਈ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਹਿੰਦੂ ਸੀਟ ਦੀ ਗੱਲ ਚਲਾਈ ਜਦਕਿ ਬੜਾ ਦੁੱਖ ਲੱਗਦਾ ਜਾਂ ਸਾਡੇ ਵੱਡੇ ਲੀਡਰ ਕੋਈ ਇਹੋ ਜਿਹੀ ਗੱਲਾਂ ਕਰਦੇ ਮੈਂ ਤਾਂ ਕਹੂੰਗਾ ਘਟੀਆਂ ਗੱਲਾਂ ਕਰਦੇ ਹੈ ਸਾਡੀ ਵਿਧਾਨ ਸਭਾ ਵਿੱਚ ਹਿੰਦੂ ਕਿਹਾ ਸਿੱਖ ਕਿਹਾ ਦਲਿਤ ਕਿਹਾ ਸਾਰੇ ਇੱਕ ਭਾਈਚਾਰੇ ਨਾਲ ਰਹਿੰਦੇ ਹਾਂ ਪਰ ਟ੍ਰੈਡੀਸ਼ਨਲੀ ਪੁਰਾਣੇ ਟਾਈਮ ਤੋਂ ਇਤਿਹਾਸ ਗਵਾਹ ਹੈ ਰਿਕਾਰਡ ਤੇ ਹੈ ਇੱਥੋਂ ਕਾਮਰੇਡ ਜੋਸ਼ ਦੇ ਟਾਈਮ ਤੋਂ ਵੀ ਦੇਖ ਲਈਏ ਜੱਟ ਸਿੱਖ ਇੱਥੋਂ ਕੈਂਡੀਡੇਟ ਹਮੇਸ਼ਾ ਜਿੱਤਦਾ ਰਿਹਾ ਪਰ ਅੱਜ ਹਿੰਦੂ ਸਾਡੀ ਖੱਬੀਆਂ ਸੱਜੀਆਂ ਬਾਹਵਾਂ ਦਲਿਤ ਭਰਾ ਸਾਡੇ ਵਿਧਾਨ ਸਭਾ ਸਾਡੀ ਖੱਬੀਆਂ ਸੱਜੀਆਂ ਬਾਹਵਾਂ ਉਹਨਾਂ ਦੇ ਬਦੌਲਤ ਅਸੀਂ ਹਮੇਸ਼ਾ ਇਲੈਕਸ਼ਨ ਜਿੱਤਦੇ ਆਏ ਹਾਂ ਪਰ ਇਹੋ ਜਿਹੀ ਗੱਲ ਚਲਾਉਣੀ ਉਹ ਮੈਂ ਸਮਝਦਾ ਮਾੜੀ ਗੱਲ ਆਪਾਂ ਵਿਨਿੰਗ ਕੈਂਡੀਡੇਟ ਦੀ ਗੱਲ ਕਰੀਏ ਵੀ ਜਿੱਤਦਾ ਕੌਣ ਹੈ ਹਿੰਦੂ ਸਿੱਖ ਦੀ ਗੱਲ ਕਿਉਂ ਕਰੀਏ ਸੋ ਲੱਗਦਾ ਨਹੀਂ ਦੁੱਖ ਨਹੀਂ ਹੁੰਦਾ ਕਿ ਫਾਦਰ ਦੀ 40-50 ਸਾਲ ਦਾ ਪਾਰਟੀ ਨੂੰ ਜਿਹੜਾ ਯੋਗਦਾਨ ਉਹਨਾਂ ਆਪਣੀ ਜ਼ਿੰਦਗੀ ਦਿੱਤੀ ਜ਼ਿੰਦਗੀ ਦੇ ਇੰਨੇ ਸਾਲ ਨੂੰ ਦਿੱਤੇ ਉਹਨੂੰ ਐਨ ਮੌਕੇ 'ਤੇ ਆ ਕੇ ਜਦੋਂ ਨੈਕਸਟ ਜਨਰੇਸ਼ਨ ਦੀ ਗੱਲ ਆ ਰਹੀ ਸੀ ਤਾਂ ਉਹਨੂੰ ਆ ਕੇ ਰੋਲ ਹੀ ਦਿੱਤਾ ਕਿਸਮ ਦਾ ਪਾਰਟੀ ਨੇ ਦੁੱਖ ਨਹੀਂ ਲੱਗਦਾ ਬਹੁਤ ਦੁੱਖ ਲੱਗਦਾ ਜੀ ਸਾਡੇ ਤਾਂ ਉਹ ਪਿਤਾ ਜੀ ਹੈ ਫਾਦਰ ਹੈ ਸਾਰਾ ਦੇਖ ਕੇ ਬੜਾ ਦੁੱਖ ਲੱਗਦਾ ਉਸ ਤੋਂ ਇਲਾਵਾ ਕੱਲ੍ਹ ਜਿਹੜਾ ਦੁੱਖ ਮੈਂ ਸੰਗਤਾਂ ਦੀ ਅੱਖਾਂ ਵਿੱਚ ਦੇਖਿਆ 3-4 ਬੀਬੀਆਂ ਮੇਰੀਆਂ ਮਾਤਾਵਾਂ ਭੈਣਾਂ ਆ ਕੇ ਕੰਗ ਸਾਹਿਬ ਕੋਲ ਰੋ ਪਈਆਂ ਕਿ ਇਹੋ ਜਿਹਾ ਅਨਿਆਏ ਕਾਂਗਰਸ ਪਾਰਟੀ ਨੇ ਕਿਉਂ ਕੀਤਾ ਕੰਗ ਸਾਹਿਬ ਤੁਹਾਡੇ ਨਾਲ ਤੁਹਾਡੀ 30 ਸਾਲ ਦੀ ਤਪੱਸਿਆ ਸਾਡੀ ਵਿਧਾਨ ਸਭਾ 'ਚ 47 ਸਾਲ ਦੀ ਤੁਹਾਡੀ ਪਾਰਟੀ ਨਾਲ ਵਫਾਦਾਰੀ ਉਹਦੇ ਬਾਵਜੂਦ ਇਹੋ ਜਿਹਾ ਸਟੈਪ ਕਿਉਂ ਲਿਆ ਇੰਨੀਆਂ ਸੰਗਤਾਂ ਦੁਖੀ ਹੈ ਉਹਨਾਂ ਨੇ ਸਾਨੂੰ ਮਜਬੂਰ ਕਰਿਆ ਕਿ ਜੀ ਆਪਾਂ ਟਿੱਕੇ ਨਹੀਂ ਬੈਠਣਾ ਅਸੀਂ ਤੁਹਾਡੇ ਨਾਲ ਹੈ ਪਰਮਾਤਮਾ ਤੁਹਾਡੇ ਨਾਲ ਹੈ ਤੁਸੀਂ ਇਲੈਕਸ਼ਨ ਲੜੋ ਤੁਹਾਨੂੰ ਜਿਤਾ ਕੇ ਅਸੀਂ ਸੀਟ ਭੇਜਾਂ ਮਤਲਬ ਜੇ ਤੁਹਾਡੀ ਗੱਲ ਮੰਨੀਏ ਤਾਂ ਜਨਤਾ ਦੀ ਫੀਡਬੈਕ ਹੈ ਕਿ ਯਾਦਵਿੰਦਰ ਕੰਗ ਨੂੰ ਆਜ਼ਾਦ ਹੋ ਕੇ ਖਰੜ ਤੋਂ ਲੜਨਾ ਚਾਹੀਦਾ ਹੈ ਅਤੇ ਕਿਹਦੇ ਨਾਲ ਟੱਕਰ ਮੰਨਦੇ ਹੋ ਅਨਮੋਲ ਗਗਨ ਮਾਨ ਨਾਲ ਮੰਨਦੇ ਹੋ ਜਾਂ ਵਿਜੇ ਸ਼ਰਮਾ ਟਿੰਕੂ ਨਾਲ ਹੀ ਟੱਕਰ ਮੰਨਦੇ ਹੋ ਆਜ਼ਾਦ ਦਾ ਐਲਾਨ ਤੁਸੀਂ ਕਰ ਚੁੱਕੇ ਹੋ ਦੇਖੋ ਜੀ ਮੈਂ ਸਮਝਦਾ ਜੋ ਅੱਜ ਇਲਾਕੇ 'ਚੋਂ ਆਵਾਜ਼ ਆ ਰਹੀ ਹੈ ਸੰਗਤਾਂ ਦਾ ਜੋ ਆਸ਼ੀਰਵਾਦ ਮਿਲ ਰਿਹਾ ਕੋਈ ਸਾਡੀ ਇੰਨੀ ਮੁਕਾਬਲੇ ਵਾਲੀ ਗੱਲ ਹੈ ਨਹੀਂ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਅਸੀਂ ਸੀਟ ਜਿੱਤਾਂਗੇ ਅੱਛਾ ਕੀ ਲੱਗਦਾ ਚਰਨਜੀਤ ਇੰਨਾ ਇਨਸਿਕਿਉਰ ਕਿਉਂ ਹੈ ਜਗਮੋਹਨ ਕੰਗ ਤੋਂ ਉਹਨੂੰ ਕਾਹਦਾ ਭੈ ਹੈ ਦੇਖੋ ਜੀ ਵਕਤ ਦੀ ਗੱਲ ਹੁੰਦੀ ਹੈ ਚਰਨਜੀਤ ਚੰਨੀ ਜੀ ਉਦੋਂ MC ਸੀਗੇ ਖਰੜ ਤੋਂ ਜਦੋਂ ਪਿਛਲੀ ਵਾਰ ਕੰਗ ਸਾਹਿਬ ਮੰਤਰੀ ਸੀਗੇ ਇਹ ਬਾਹਰ ਬੈਠੇ ਵੇਟ ਕਰਦੇ ਹੁੰਦੇ ਸੀ ਵੀ ਕੰਗ ਸਾਹਿਬ ਮੇਰਾ ਆਹ ਕੰਮ ਕਰਾਓ ਆਹ ਕੰਮ ਕਰਾਓ ਮੇਰੇ 'ਤੇ ਵੀਰ ਦਵਿੰਦਰ ਨੇ ਵਿਜੀਲੈਂਸ ਦਾ ਪਰਚਾ ਕਰਤਾ ਮੈਨੂੰ ਬਚਾਓ ਮੈਂ ਖਰੜ ਦਾ MC ਹੈ ਸੋ ਇਹ ਵਕਤ ਦੀ ਗੱਲ ਹੁੰਦੀ ਹੈ ਕੋਈ ਪੁਰਾਣੀ ਜੋ ਵੀ ਉਹਨਾਂ ਦੇ ਮਨ 'ਚ ਗੱਲ ਸੀ ਇਹ ਤਾਂ ਰੱਬ ਜਾਣਦਾ ਜਾਂ ਚੰਨੀ ਜੀ ਜਾਣਦੇ ਹੈ ਹੁਣ ਲੇਕਿਨ ਇੱਕ ਨੇਕ ਇਨਸਾਨ ਨੂੰ ਇੱਕ ਮਿਹਨਤੀ ਇਨਸਾਨ ਨੂੰ ਜਿਹਦਾ ਬਲੋਟਲੈਸ ਕੈਰੀਅਰ ਸੀਗਾ ਉਹਨਾਂ ਨੂੰ ਉਹਨਾਂ ਨੇ ਖਰਾਬ ਕਰਿਆ ਤਾਂ ਕੰਗ ਸਾਹਿਬ ਕਹਿੰਦੇ ਆ ਵੀ ਮੈਂ ਤਾਂ ਹੁਣ ਚਮਕੌਰ ਸਾਹਿਬ ਵੀ ਜਾਊਂਗਾ ਉਹ ਸਾਡੀ ਪੁਰਾਣੀ ਵਿਧਾਨ ਸਭਾ ਹੈ ਮਰਿੰਡਾ ਪਿੰਡ ਪਿੰਡ ਬੱਚਾ ਬੱਚਾ ਬਜ਼ੁਰਗ ਹਰ ਕੋਈ ਸਾਨੂੰ ਉੱਥੇ ਜਾਣਦਾ ਅਸੀਂ ਪਿੰਡ ਪਿੰਡ ਜਾਵਾਂਗੇ ਵਾਰਡ ਵਾਰਡ ਜਾਵਾਂਗੇ ਚਮਕੌਰ ਸਾਹਿਬ ਵੀ ਔਰ ਖਰੜ ਵੀ ਔਰ ਆਪਣੀ ਲੜਾਈ ਲੜਾਂਗੇ ਸੋ ਗੱਲ ਕਰ ਲਈ ਆਪਾਂ ਯਾਦਵਿੰਦਰ ਜੀ ਕਿ ਭਾਵੇਂ ਚਮਕੌਰ ਦੀ ਗੱਲ ਕਰੋ ਮਰਿੰਡੇ ਦੀ ਕਰ ਲਓ ਖਰੜ ਦੀ ਕਰ ਲਓ ਤੁਹਾਡੇ ਫਾਦਰ ਸਾਹਿਬ ਦਾ ਹੀ ਸਾਰਾ ਇਲਾਕਾ ਰਿਹਾ ਸੀਗਾ ਤੁਸੀਂ ਵੀ ਖਿਜ਼ਰਾਬਾਦ ਤੋਂ ਹੁਣ ਹੈਗੇ ਹੋ ਮੈਂਬਰ ਜਿਹੜੇ ਹੈਗੇ ਜ਼ਿਲ੍ਹਾ ਪ੍ਰੀਸ਼ਦ ਦੇ ਹੈਗੇ ਹੋ ਕੀ ਲੱਗਦਾ ਕਿ ਚਰਨਜੀਤ ਵਰਗੇ ਜਦੋਂ ਇੱਦਾਂ ਦੇ ਮੈਸੇਜ ਪੰਜਾਬ ਦੇ ਵਿੱਚ ਜਾ ਰਹੇ ਆ ਪਾਰਟੀ ਦੀ ਇਮੇਜ ਨੂੰ ਵੀ ਢਾਹ ਲੱਗ ਰਹੀ ਹੈ ਬਿਲਕੁਲ ਲੱਗ ਰਹੀ ਹੈ ਜੀ ਜਦੋਂ ਗਲਤ ਫੈਸਲੇ ਕੋਈ ਵੀ ਪਾਰਟੀ ਲੈਂਦੀ ਹੈ ਸਿਰਫ ਕਾਂਗਰਸ ਪਾਰਟੀ ਦੀ ਗੱਲ ਨਹੀਂ ਜਦੋਂ ਕੋਈ ਗਲਤ ਫੈਸਲਾ ਨਰਿੰਦਰ ਮੋਦੀ ਨੇ ਕਿਸਾਨਾਂ ਦਾ ਕਿੱਡਾ ਵੱਡਾ ਗਲਤ ਫੈਸਲਾ ਲਿਆ ਸੀ ਅੱਜ ਉਹਨੂੰ ਵਾਪਸ ਲੈਣਾ ਪਿਆ ਕਿਉਂਕਿ ਪਾਰਟੀ ਨੂੰ ਐਡੀ ਢਾਹ ਲੱਗ ਰਹੀ ਸੀ ਅੱਜ BJP ਦਿਖਦੀ ਹੈ ਕਿਤੇ ਪੰਜਾਬ ਵਿੱਚ ਕੋਈ ਵੀ ਪਾਰਟੀ ਜਦੋਂ ਗਲਤ ਫੈਸਲੇ ਲੈਂਦੀ ਹੈ ਤਾਂ ਉਹਨਾਂ ਦਾ ਇਮੇਜ ਡਾਊਨ ਹੁੰਦਾ ਔਰ ਸੰਗਤਾਂ ਦੇ ਮਨ
ਰਿਜ਼ਲਟ ਆਊਗਾ ਅਸੀਂ ਦੇਖਾਂਗੇ ਇਹਦਾ ਖਮਿਆਜ਼ਾ ਭੁਗਤਣਾ ਪੈਣਾ ਜੀ। ਸੋ ਯਾਦਵਿੰਦਰ ਕੰਗ ਨੇ ਇਹ ਖਰੜ ਵਿਧਾਨ ਸਭਾ ਹਲਕੇ ਤੋਂ ਐਤਕੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਫਾਈਟ ਕਰਨਗੇ। ਕੌਣ ਨੇ? ਯਾਦਵਿੰਦਰ ਕੰਗ ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਬੇਟੇ ਨੇ ਤੇ IPS ਰਹੇ ਸੁਰਿੰਦਰਪਾਲ ਸਿੰਘ ਕੰਗ ਦੇ ਇਹ ਪੋਤੇ ਹੈਗੇ ਨੇ ਤੇ ਐਲਾਨ ਕਰ ਦਿੱਤਾ ਕੰਗ ਦੀ ਜੋ ਇਮੇਜ ਰਹੀ ਹੈ ਜਗਮੋਹਨ ਉਹਨਾਂ ਦੀ ਸਭ ਨੂੰ ਪਤਾ ਹੈ ਵੀ ਜੋ ਕਿਹਾ ਉਹ ਕਰਾਂਗੇ ਤੇ ਇੱਕੋ ਇੱਕ ਮਕਸਦ ਰਹੇਗਾ ਕਿ ਜਿਹੜਾ ਹੁਣ ਖਰੜ ਦੇ ਵਿੱਚ ਜਿਹਨੂੰ ਉਮੀਦਵਾਰ ਬਣਾਇਆ ਗਿਆ ਉਹਨੂੰ ਇਹ ਚੰਗੀ ਤਰ੍ਹਾਂ ਜਵਾਬ ਦੇਣ ਕਿ ਸੋਚ ਕੇ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਸੀ। ਨਤੀਜਾ ਕੀ ਨਿਕਲਦਾ ਸਭ ਦੇ ਸਾਹਮਣੇ ਆ ਜਾਏਗਾ। ਬੀਜੇਪੀ ਬਾਜਵਾ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।